ਤੇ ਇਹ ਖੋਪਰੀਆਂ ਲਹਾਉਣ ਵਾਲੇ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਜੱਦੀ ਘਰ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਉਸ ਅਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਹਨੇ ਭਾਈ ਤਾਰੂ ਸਿੰਘ ਜੀ ਦੇ ਖੇਤਾਂ ਨੂੰ ਜਾਂਦਾ ਹੋਇਆ ਰਸਤਾ ਸਾਹਮਣੇ ਗੁਰੂ ਘਰ ਬਣਿਆ ਹੋਇਆ ਭਾਈ ਤਾਰੂ ਸਿੰਘ ਜੀ ਦੇ ਖੇਤਾਂ ਦੇ ਵਿੱਚ ਇਹ ਵੀ ਇੱਕ ਪ੍ਰਾਤਨ ਯਾਦ ਭਾਈ ਤਾਰੂ ਸਿੰਘ ਜੀ ਦੇ ਖੇਤ ਦੀ ਜੋ ਇਤਿਹਾਸ ਦੇ ਰੂਪ ਵਿੱਚ ਸਾਂਭੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ, ਪਿੰਡ ਪੂਲਾ, ਜ਼ਿਲ੍ਹਾ ਤਰਨ ਤਾਰਨ ਸਾਹਿਬ। ਇਹ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਨਗਰ ਹੈ। ਇਸ ਨਗਰ ਵਿੱਚ ਦੋ ਅਸਥਾਨਾਂ ਦੇ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ। ਇੱਕ ਅਸਥਾਨ ਉਹ ਹੈ ਜਿਹੜਾ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜੱਦੀ ਘਰ ਹੈ, ਅਤੇ ਦੂਸਰਾ ਅਸਥਾਨ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਭਾਈ ਤਾਰੂ ਸਿੰਘ ਜੀ ਦੇ ਖੇਤ ਸਨ, ਜਿੱਥੇ ਭਾਈ ਤਾਰੂ ਸਿੰਘ ਆਪਣੇ ਖੇਤਾਂ ਦੇ ਵਿੱਚ ਕਿਰਤ ਕਮਾਈ ਕਰਿਆ ਕਰਦੇ ਸਨ। ਭਾਈ ਤਾਰੂ ਸਿੰਘ ਜੀ ਉਹ ਸਿੱਖ ਪੰਥ ਦੀ ਸ਼ਖਸੀਅਤ ਨੇ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਆਪਣਾ ਖੋਪਰ ਤਾਂ ਉਤਾਰ ਲਿਆ ਪਰ ਕੇਸ ਕਤਲ ਨਹੀਂ ਹੋਣ ਦਿੱਤੇ। ਜਿਹੜੇ ਇਹ ਦਰਸ਼ਨ ਕਰ ਰਹੇ ਹੋ ਪਿੰਡ ਦੇ, ਇਹ ਜੱਦੀ ਪਿੰਡ ਹੈ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ। ਇਹ ਜਿਹੜੇ ਸਾਡੇ ਵੱਡੇ ਵਡੇਰੇ, ਸਾਡੀ ਕੌਮ ਦੇ ਮਹਾਨ ਯੋਧੇ ਜਿਨ੍ਹਾਂ ਨੇ ਕੌਮ ਦੀ ਖਾਤਰ ਵੱਡੀਆਂ ਕੁਰਬਾਨੀਆਂ ਕੀਤੀਆਂ, ਅੱਜ ਉਹਨਾਂ ਦੇ ਜੱਦੀ ਘਰ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ। ਅਰਦਾਸ ਵਿੱਚ ਅਸੀਂ ਕਹਿੰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਅਤੇ ਇਹ ਖੋਪਰੀਆਂ ਲਹਾਉਣ ਵਾਲੇ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਜੱਦੀ ਘਰ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਉਸ ਅਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਸ ਜਗ੍ਹਾ 'ਤੇ ਜੱਦੀ ਘਰ ਸੀ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ। ਮਾਤਾ ਜੀ ਨੇ ਭਾਈ ਤਾਰੂ ਸਿੰਘ ਜੀ ਨੂੰ ਗੁਰਸਿੱਖੀ ਨਾਲ ਜੋੜਿਆ। ਅੰਮ੍ਰਿਤਧਾਰੀ ਨੌਜਵਾਨ ਉਮਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਸਿੰਘਾਂ ਦੀਆਂ ਜੰਗਲਾਂ ਵਿੱਚ ਰਹਿੰਦੇ ਹੋਏ ਸਿੰਘਾਂ ਦੀਆਂ ਸੇਵਾਵਾਂ ਕਰਦੇ, ਉਹਨਾਂ ਨੂੰ ਪ੍ਰਸ਼ਾਦਾ, ਰਸਦਾਂ, ਵਸਤਰਾਂ, ਬਿਸਤਰੇ, ਲੀੜੇ, ਜੋ ਵੀ ਚੀਜ਼ ਦੀ ਜ਼ਰੂਰਤ ਹੈ ਉਹ ਪਹੁੰਚਦੀ ਕਰਦੇ। ਸਿੰਘਾਂ ਦੀ ਸੇਵਾ ਕਰਨ 'ਤੇ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਜ਼ਕਰੀਆ ਖਾਨ ਕੋਲ ਸ਼ਿਕਾਇਤ ਕਰਦਾ ਹਰਭਗਤ ਨਿਰੰਜਨੀਆ, ਜਿਸ ਕਾਰਨ ਕਰਕੇ ਉਹਨਾਂ ਨੂੰ ਉਹਨਾਂ ਦੇ ਪਿੰਡ ਪੂਲੇ ਤੋਂ ਜ਼ਕਰੀਆ ਖਾਨ ਦੇ ਸਿਪਾਹੀ ਫੜ ਕੇ ਲੈ ਜਾਂਦੇ ਨੇ। ਇਹ ਦਰਸ਼ਨ ਕੀਤੇ ਨੇ ਸਾਹਮਣੇ ਜਿਹੜੇ ਆਪਾਂ ਦਰਸ਼ਨ ਕਰ ਰਹੇ ਹਾਂ ਜੋ ਅਸਥਾਨ ਦੇ, ਇਹਨੇ ਭਾਈ ਤਾਰੂ ਸਿੰਘ ਜੀ ਦੇ ਖੇਤਾਂ ਨੂੰ ਜਾਂਦਾ ਹੋਇਆ ਰਸਤਾ ਸਾਹਮਣੇ ਗੁਰੂ ਘਰ ਬਣਿਆ ਹੋਇਆ ਭਾਈ ਤਾਰੂ ਸਿੰਘ ਜੀ ਦੇ ਖੇਤਾਂ ਦੇ ਵਿੱਚ, ਜਿੱਥੇ ਭਾਈ ਤਾਰੂ ਸਿੰਘ ਜੀ ਨਾਲ ਨਾਲ ਬਾਣੀ ਪੜ੍ਹਦੇ, ਨਾਲ ਆਪਣੀ ਕਿਰਤ ਕਮਾਈ ਕਰਦੇ, ਖੇਤਾਂ ਵਿੱਚ ਹਲ ਵਾਹੁੰਦੇ, ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਸੱਚੀ ਸੁੱਚੀ ਕਿਰਤ ਕਰਿਆ ਕਰਦੇ ਸਨ। ਉਹ ਸ਼ਖਸੀਅਤਾਂ ਜਿਹੜੀਆਂ ਸਾਡੀ ਕੌਮ ਦੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਤੋਂ ਅਸੀਂ ਸੇਧ ਲੈਣੀ ਹੈ, ਇਹ ਅਸਥਾਨ ਦੇ ਦਰਸ਼ਨ ਅਸੀਂ ਉਹਨਾਂ ਮਹਾਨ ਯੋਧਿਆਂ, ਕੁਰਬਾਨੀਆਂ ਕਰਨ ਵਾਲੇ ਸੂਰਮਿਆਂ ਦੇ ਅਸਥਾਨਾਂ ਦੇ ਦਰਸ਼ਨ ਕਰਦੇ ਹਾਂ। ਇਹਨਾਂ ਅਸਥਾਨਾਂ 'ਤੇ ਆ ਕੇ ਵਾਕਈ ਸਾਡੇ ਅੰਦਰ ਨੂੰ ਇੱਕ ਹਲੂਣਾ ਇਹ ਮਿਲਦਾ ਕਿ ਸਾਡੀ ਕੌਮ ਦੇ ਕਿੱਡੇ ਉਹ ਮਹਾਨ ਯੋਧੇ ਹੋਣਗੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਇਹ ਰਸਤਾ ਅੰਦਰ ਦਰਬਾਰ ਸਾਹਿਬ ਨੂੰ ਜਾ ਰਿਹਾ। ਦਰਬਾਰ ਸਾਹਿਬ ਜਿੱਥੇ ਖੇਤ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ, ਜਿੱਥੇ ਬੈਠ ਕੇ ਕਿਰਤ ਕਮਾਈ ਕਰਦੇ, ਨਾਲ ਨਾਲ ਬਾਣੀ ਪੜ੍ਹਨੀ, ਨਾਲ ਨਾਲ ਸਿਮਰਨ ਵਿੱਚ ਜੁੜਨਾ ਭਾਈ ਤਾਰੂ ਸਿੰਘ ਜੀ ਹੋਣਾ ਨੇ। ਭਾਈ ਤਾਰੂ ਸਿੰਘ ਜੀ ਦੀ ਜਦੋਂ ਹਰਭਗਤ ਨਿਰੰਜਨੀਏ ਨੇ ਜ਼ਕਰੀਆ ਖਾਨ ਨੂੰ ਖਬਰ ਦਿੱਤੀ, ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਨੂੰ ਫੜ ਕੇ ਲੈ ਗਿਆ, ਉਹਦੇ ਸਿਪਾਹੀ ਲੈ ਗਏ ਨੇ ਲਾਹੌਰ ਵਿਖੇ, ਧੱਕੇ ਨਾਲ ਮੁਸਲਮਾਨ ਬਣਾਉਣ ਲਈ ਬਹੁਤ ਜ਼ੋਰ ਲਾਇਆ, ਪਰ ਭਾਈ ਤਾਰੂ ਸਿੰਘ ਜੀ ਨੇ ਜਵਾਬ ਦਿੱਤਾ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇਗੀ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ, ਮੈਂ ਸਿੱਖੀ ਨਹੀਂ ਛੱਡਾਂਗਾ। ਉਹ ਕਹਿੰਦੇ ਇਹਦੇ ਕੇਸ ਕਤਲ ਕਰ ਦਿੱਤੇ ਜਾਣ, ਕਹਿੰਦੇ ਮੈਂ ਕੇਸ ਨਹੀਂ ਕਤਲ ਹੋਣ ਦਿਆਂਗਾ, ਮੇਰਾ ਖੋਪਰ ਭਾਵੇਂ ਉਤਾਰ ਲਓ। ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰਿਆ ਗਿਆ, ਜਲਾਦ ਭਾਈ ਤਾਰੂ ਸਿੰਘ ਦੇ ਮੱਥੇ 'ਤੇ ਰੰਬਾ ਰੱਖਦਾ, ਰੰਬੀ ਦੇ ਨਾਲ ਚਾਰ ਛਪੇਰਿਓ ਭਾਈ ਤਾਰੂ ਸਿੰਘ ਜੀ ਦਾ ਖੋਪੜ ਵੱਢਿਆ ਜਾਂਦਾ ਅਤੇ ਕੇਸਾਂ ਤੋਂ ਫੜ ਕੇ ਖੋਪਰ ਉਤਾਰਿਆ ਜਾਂਦਾ। 21 ਦਿਨ ਖੋਪਰ ਉਤਾਰਨ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਜਿਉਂਦੇ ਰਹੇ, ਕਿਉਂਕਿ ਭਾਈ ਤਾਰੂ ਸਿੰਘ ਜਦੋਂ ਪਿੰਡ ਤੋਂ ਤੁਰਨ ਲੱਗੇ ਕਿਹਾ ਸੀ ਕਿ ਜ਼ਕਰੀਆ ਖਾਨ ਨੂੰ ਮੈਂ ਅੱਗੇ ਲਾ ਕੇ ਲੈ ਕੇ ਜਾਵਾਂਗਾ। ਇਹ ਉਹ ਖੂਹ ਹੈ ਜਿਸ ਖੂਹ ਦੇ ਵਿੱਚ ਪਾਣੀ ਲੈ ਕੇ ਭਾਈ ਤਾਰੂ ਸਿੰਘ ਜੀ ਆਪਣੇ ਖੇਤਾਂ ਦੀ ਸਿੰਚਾਈ ਕਰਿਆ ਕਰਦੇ ਸਨ।
ये भी एक पुरातन याद भाई तारू सिंह जी के खेत की जो इतिहास के रूप में सांभी हुई है। हुण भाई तारू सिंह जी ने बोल किए सी पिंड तो तुरन लग्या। जकरिया खान ने जो भाई तारू सिंह जी का खोपर उतारिया तो जकरिया खान नू पेशाब का बन पै गया। वड्डे वड्डे हकीमां तो वैद्यां तो इलाज करवाया, कितों इलाज ना होया। फिर किसी ने यह गल आखी कि तू गुरसिख रूह बाणी पढ़न वाले का शहीद बाणी पढ़न वाली गुरसिख रूह नू शहीद कीता है। तो किसी ने दसिया कि भाई तारू सिंह जी जिहड़ी खोपर उतार के तू गलती कीती है, इहदी सज़ा तैनू मिल रही है। फिर जकरिया खान ने भाई शुबेग सिंह नू गुरसिखां कोले भेजिया ते गुरसिखां ने यह हुक्म किया कि भाई तारू सिंह की जुत्ती नू जकरिया खान दे सिर च मारो, फिर उहदे पेशाब का जिहड़ा बन है वह खुलेगा। कहिंदे फिर भाई तारू सिंह की जुत्ती नू जिवें जिवें जकरिया खान दे सिर च मारदे रहे उहनू पेशाब का बन खुलदा गया। तो सिर विच जिवें जिवें जुत्ती वजदी रही, जुत्तियां खा के भाई तारू सिंह दियां सिर विच अपने ते जकरिया खान मौत नू मौत दे मूँह वल चलिया गया, खत्म हो गया। फिर इक्कीआं दिनां बाद भाई तारू सिंह जी ने अपने प्राण त्यागे। वह कौम की महान शख्सियत जिन्हां दे अस्थान दे तुसी दर्शन कीते हो, जिन्हां ने सिक्खी केसां सवासां संग नभाई, खोपर तां उतार लिया पर केस कतल नहीं होण दित्ते। जे वीडियो चंगी लगे शेयर करियो, चैनल सबसक्राइब करियो, वध तों वध संगतां तक पहुँचदी करियो।